ऑल इंडिया सिख स्टूडेंट्स फैडरेशन के प्रधान करनैल सिंह पीर मुहम्मद नू दल खालसा ने अज मुढ़ली मैंबरशिप तो खारिज कर दिता है। इस बारे करनैल सिंह पीर मुहम्मद का फोन राही बयान लिया गया है। आओ सुनते हैं इस बारे करनैल सिंह पीर मुहम्मद का की कहना है। 13 सितंबर 2016 ਨੂੰ ਫਰੀਦਕੋਟ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਾਲਾਨਾ ਇਜਲਾਸ ਹੋਇਆ ਸੀ, ਜਿਸ ਦੇ ਵਿੱਚ ਮੈਂ ਕਿਹਾ ਸੀ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੰਮੇ ਸਮੇਂ ਤੋਂ ਮੈਂ ਸੇਵਾ ਕਰਦਾ ਆ ਰਿਹਾ। ਹੁਣ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਵਿਦਿਆਰਥੀਆਂ ਨੂੰ ਨੌਜਵਾਨਾਂ ਦੇ ਹੱਥਾਂ ਵਿੱਚ ਮੈਂ ਸੌਂਪਣੀ ਚਾਹੁੰਦਾ। ਤਾਂ ਉਸ ਵਕਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੀਡਰਸ਼ਿਪ ਨੇ ਮੈਨੂੰ ਕਿਹਾ ਕਿ ਤੁਸੀਂ ਫੈਡਰੇਸ਼ਨ ਦੀ ਸੇਵਾ ਨਿਰੰਤਰ ਜਾਰੀ ਰੱਖੋ, ਲੇਕਿਨ ਤੁਸੀਂ ਨਾਲ ਇੱਕ ਵਿਦਿਆਰਥੀ ਵਰਗ ਦੀ ਕਮੇਟੀ ਬਣਾ ਦਿਓ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਲਜਾਂ, ਯੂਨੀਵਰਸਿਟੀਆਂ ਤੇ ਵੱਖ ਵੱਖ ਵਿਦਿਅਕ ਅਦਾਰਿਆਂ ਦੇ ਵਿੱਚ ਯੂਨਿਟ ਬਣਾਉਣਗੇ ਔਰ 14 ਮਾਰਚ ਨੂੰ ਜਿਹੜਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਤੇ ਤੁਸੀਂ ਫਿਰ ਕਿਸੇ ਹੋਰ ਜਥੇਬੰਦੀ ਜਿਵੇਂ ਉਦੋਂ ਦਲ ਖਾਲਸਾ ਦੇ ਨਾਲ ਗੱਲ ਹੋਈ ਸੀ ਕਿ ਉਸ ਦੇ ਵਿੱਚ ਤੁਸੀਂ ਸ਼ਾਮਿਲ ਹੋ ਸਕਦੇ ਹੋ ਜਾਂ ਜੋ ਵੀ ਤੁਹਾਨੂੰ ਠੀਕ ਲੱਗੇ ਉਸ ਵਕਤ। ਲੇਕਿਨ ਜਿਹੜੀ 13 ਮੈਂਬਰੀ ਕਮੇਟੀ ਬਣਾਈ ਸੀ ਉਸ ਕਮੇਟੀ ਦੇ ਵਿੱਚ ਜਿਹੜੇ 2 ਮੈਂਬਰ ਨੇ ਭੁਪਿੰਦਰ ਸਿੰਘ ਤੇ ਇੱਕ ਅਨਮੋਲਜੀਤ ਸਿੰਘ ਨੌਜਵਾਨ, ਇਹਨਾਂ ਨੂੰ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਸੀ ਉਹ ਫੈਡਰੇਸ਼ਨ ਵਿਰੋਧੀ ਲਗਾਤਾਰ ਹੋ ਰਹੀਆਂ ਸੀ, ਲੇਕਿਨ ਜਿਹੜੇ ਯੂਨਿਟ ਬਣਾਉਣ ਦੀ ਗੱਲ ਸੀ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੈਂ ਇਹਨਾਂ ਨੂੰ ਕਿਹਾ ਕਿ ਯੂਨਿਟ ਬਣਾਓ, ਲੇਕਿਨ ਉੱਥੇ ਯੂਨਿਟ ਬਣਾਉਣ ਦੀ ਬਜਾਏ ਇਹਨਾਂ ਨੇ ਆਪਣਾ ਇੱਕ ਵੱਖਰਾ ਗਰੁੱਪ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਇਸ ਦੇ ਪਿੱਛੇ ਸਿੱਧੇ ਰੂਪ ਦੇ ਵਿੱਚ ਜਿਹੜੇ ਲੋਕ ਸ਼ਾਮਿਲ ਨੇ ਉਹਨਾਂ ਦਾ ਖੁਲਾਸਾ ਆਉਂਦੇ 1-2 ਦਿਨਾਂ ਦੇ ਵਿੱਚ ਮੈਂ ਕਰਾਂਗਾ ਕਿ ਜਿਨ੍ਹਾਂ ਨੇ ਸਾਰੀ ਸਾਜਿਸ਼ ਰਚੀ ਕਿ ਫੈਡਰੇਸ਼ਨ ਨੂੰ ਕਿਵੇਂ ਤੋੜਿਆ ਜਾਵੇ ਔਰ ਉਸ ਦੇ ਉੱਪਰ ਆਪਣੀ ਸੁਪਰੀਮ ਸੁਪਰਮੈਸੀ ਕਿਵੇਂ ਕਾਇਮ ਕੀਤੀ ਜਾਵੇ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕੋਈ ਤੁਰਦੀ ਫਿਰਦੀ ਜਥੇਬੰਦੀ ਨਹੀਂ ਹੁੰਦਾ, ਇੱਕ ਇਤਿਹਾਸ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਜਿਹੜੀ ਸ਼ਹੀਦਾਂ ਦੀ ਯਾਦਗਾਰ ਬਣੀ ਹੈ ਉੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਨੇ ਸ਼ਹਾਦਤ ਦਿੱਤੀ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਿੱਖ ਫਾਰ ਜਸਟਿਸ ਮਨੁੱਖੀ ਅਧਿਕਾਰ ਸੰਸਥਾ ਦੇ ਨਾਲ ਮਿਲ ਕੇ ਇੱਕ ਵੱਡਾ ਸੰਘਰਸ਼ ਕਰ ਰਹੀ ਹੈ। ਫੈਡਰੇਸ਼ਨ ਜਿਹੜੀ ਹੈ ਇੱਕ ਰਜਿਸਟਰਡ ਬਾਡੀ ਹੈ ਜਿਸ ਦੀ 7 ਮੈਂਬਰੀ ਕਮੇਟੀ ਹੈ ਔਰ ਬਕਾਇਦਾ ਬੈਂਕ ਅਕਾਊਂਟ ਹੈ। ਬਕਾਇਦਾ ਹਰ ਸਾਲ ਇਹਦਾ ਜਨਰਲ ਇਜਲਾਸ ਹੁੰਦਾ ਜਿਸ ਦੇ ਵਿੱਚ ਜਥੇਬੰਦੀ ਦੇ ਪ੍ਰਧਾਨ ਦੇ ਸੰਬੰਧ ਵਿੱਚ ਜਾਂ ਹੋਰ ਜਿਹੜੀਆਂ ਨਿਯੁਕਤੀਆਂ ਦਾ ਉਹਦਾ ਫੈਸਲਾ ਲਿਆ ਜਾਂਦਾ। ਲੇਕਿਨ ਅੱਜ ਜਿਹੜੀ ਕਾਰਵਾਈ ਕੀਤੀ ਗਈ ਹੈ ਇਹ ਬਿਲਕੁਲ ਹਾਸੋਹੀਣੀ ਔਰ ਪੰਥ ਵਿਰੋਧੀ ਕਾਰਵਾਈ ਹੈ ਔਰ ਇਸ ਦੇ ਵਿੱਚ ਜਿਹੜੇ 2 ਨੌਜਵਾਨਾਂ ਨੇ ਕਿਹਾ ਹੈ ਕਿ ਅਸੀਂ ਫੈਡਰੇਸ਼ਨ ਦੇ ਆਗੂ ਬਣ ਕੇ ਅੱਗੇ ਸੇਵਾ ਕਰਾਂਗੇ, ਉਸ ਦੇ ਵਿੱਚੋਂ ਜਿਹੜਾ ਭੁਪਿੰਦਰਪਾਲ ਸਿੰਘ ਹੈ ਉਸ ਨੂੰ ਲਗਾਤਾਰ ਇਹ ਕਿਹਾ ਗਿਆ ਜਿਸ ਵੇਲੇ ਉਹਨੂੰ ਮੈਂਬਰ ਬਣਾਇਆ ਸੀ ਕਿ ਤੂੰ ਸਿੱਖੀ ਸਰੂਪ ਦੇ ਵਿੱਚ ਆ, ਤਾਂ ਉਸਨੇ ਕਿਹਾ ਕਿ ਮੇਰੀ ਮਾਤਾ ਮੈਨੂੰ ਕਹਿੰਦੀ ਹੈ ਕਿ ਜੇ ਤੂੰ ਸਿੱਖੀ ਸਰੂਪ ਦੇ ਵਿੱਚ ਆ ਗਿਆ ਤਾਂ ਤੈਨੂੰ ਪੁਲਿਸ ਤੰਗ ਕਰੇਗੀ, ਇਸ ਕਰਕੇ ਭਾਜੀ ਮੈਂ ਅਜੇ ਜਿਹੜਾ ਸਿੱਖੀ ਸਰੂਪ ਦੇ ਵਿੱਚ ਨਹੀਂ ਆ ਸਕਦਾ। ਮੈਂ ਉਹਨੂੰ ਕਿਹਾ ਕਿ ਇੱਥੇ ਸਿੱਖੀ ਸਰੂਪ ਵਾਲੇ ਨੌਜਵਾਨਾਂ ਦਾ ਹੀ ਫੈਡਰੇਸ਼ਨ ਦੇ ਵਿੱਚ ਜਿਹੜਾ ਅਹੁਦੇਦਾਰ ਬਣਾਇਆ ਜਾਣਾ ਸਭ ਤੋਂ ਜ਼ਰੂਰੀ ਹੈ। ਲੇਕਿਨ ਵਾਰ ਵਾਰ ਵਾਰਨਿੰਗ ਦੇਣ ਦੇ ਬਾਵਜੂਦ ਉਹ ਅੱਜ ਤੱਕ ਸਿੱਖੀ ਸਰੂਪ ਦੇ ਵਿੱਚ ਨਹੀਂ ਆਇਆ। ਅੱਜ ਵੀ ਤੁਸੀਂ ਦੇਖ ਲਓ ਉਹ ਪੱਗ ਜ਼ਰੂਰ ਬੰਨਦਾ ਲੇਕਿਨ ਫਿਰ ਉਸਦਾ ਜਿਹੜੇ ਵਾਲ ਕੱਟੇ ਹੋਏ ਨੇ। ਜਿਹੜਾ ਦੂਸਰਾ ਨੌਜਵਾਨ ਸੀ ਝੂਠ ਮਾਰ ਕੇ ਫੈਡਰੇਸ਼ਨ ਦਾ ਕਿ ਮੈਂ ਵਿਦਿਆਰਥੀ ਹਾਂ, ਲੇਕਿਨ ਉਹ ਕਿਸੇ ਵੀ ਕਾਲਜ ਯੂਨੀਵਰਸਿਟੀ 'ਚ ਪੜ੍ਹਦਾ ਨਹੀਂ ਗਾ ਅਤੇ ਉਹ ਇੱਕ ਪ੍ਰਾਈਵੇਟ ਟੀਚਰ ਹੈ। ਅਤੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਫੈਡਰੇਸ਼ਨ ਦੇ ਵਿੱਚੋਂ ਪਾਸੇ ਕਰ ਦਿੱਤਾ ਗਿਆ ਸੀ, ਉਹਨਾਂ ਦੀ ਜਗ੍ਹਾ ਨਵੀਂ ਨਿਯੁਕਤੀ ਕਰ ਦਿੱਤੀ ਗਈ ਸੀ। ਅੱਜ ਉਹਨਾਂ ਨੇ ਕਿਸੇ ਇੱਕ ਕਾਲਜ ਦੇ ਜਾਂ ਇੱਕ ਮੀਰੀ ਪੀਰੀ ਕੋਈ ਅਕੈਡਮੀ ਹੈ ਉੱਥੇ ਕੁਝ ਨੌਜਵਾਨਾਂ ਨੂੰ ਨਾਲ ਲਿਆ ਕੇ ਇਹ ਸਰਪੰਚ ਦੱਸਿਆ ਕਿ ਅਸੀਂ ਫੈਡਰੇਸ਼ਨ ਦੇ ਵਿੱਚ ਜਿਹੜੀ ਇੱਕ ਨਵੀਂ ਲੀਡਰਸ਼ਿਪ ਉਭਾਰਾਂਗੇ ਜਾਂ ਆਹ ਕਰਾਂਗੇ। ਲੇਕਿਨ ਉਸਦੇ ਪਿੱਛੇ ਕਿੰਨਾ ਲੋਕਾਂ ਨੇ ਉਹਨਾਂ ਨੂੰ ਇਹ ਸਾਰਾ ਮੁਹੱਈਆ ਕਰਵਾਇਆ ਔਰ ਕਿਹੜੇ ਲੋਕ ਜਿਹੜੇ ਆ ਮੀਡੀਆ ਨੂੰ ਲਗਾਤਾਰ ਤਾਲਮੇਲ ਵਿੱਚ ਰੱਖ ਕੇ ਇਸ ਤਰ੍ਹਾਂ ਦੀਆਂ ਸਟੋਰੀਆਂ ਕੱਢ ਰਹੇ ਨੇ ਉਹਨਾਂ ਦਾ ਖੁਲਾਸਾ ਆਉਂਦੇ ਦਿਨ ਕਰਾਂਗੇ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਨਵੀਨਰ ਸਰਦਾਰ ਜਗਰੂਪ ਸਿੰਘ ਚੀਮਾ ਨੇ ਔਰ ਉਹਨਾਂ ਦੀ ਅਗਵਾਈ ਦੇ ਵਿੱਚ 13 ਮੈਂਬਰੀ ਕਮੇਟੀ ਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਫੈਡਰੇਸ਼ਨ ਦੀ ਜ਼ਿੰਮੇਵਾਰੀ ਜਿਹੜੀ ਉਹ ਵਿਦਿਆਰਥੀਆਂ ਨੂੰ ਦੇ ਚੁੱਕਾ, ਲੇਕਿਨ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ 1995 ਤੋਂ ਅੱਜ ਤੱਕ ਵੀ ਸੇਵਾ ਨਿਭਾਉਂਦਾ ਆ ਰਿਹਾ
इस करके ऐरे गहरे के हाथे जथेबंदी नहीं दिती जा सकती। इस जथेबंदी का जो प्रोपर स्ट्रक्चर बन जाएगा तो फैडरेशन की समुची जिम्मेवारी जी प्रधान के रूप में एक जनरल इजलास बकायदा दी जाएगी। लेकिन अज की कार्रवाई जी सिर्फ से सिर्फ गुमराह कौन ने उस कार्रवाई का पहला ही असं उन्होंने एक्सपेल कर चुके हैं। So, करनैल सिंह पीर मोहम्मद का कहना है कि वह इस मुद्दे ते छेती ही प्रेस कॉन्फ्रेंस करनगे। ब्यूरो रिपोर्ट, स्पोक्समैन टीवी।